ਸਤਿ ਸ਼੍ਰੀ ਅਕਾਲ ਜੀ। ਓਲਡ ਇਜ਼ ਗੋਲਡ ਟਾਈਟਨ ਦੀ ਇਹ ਪੁਰਾਣੀ ਕਲੈਕਸ਼ਨ ਦੇ ਵਿੱਚੋਂ ਇੱਕ ਆਰਟੀਕਲ ਤੁਹਾਡੇ ਰੂਬਰੂ ਕਰ ਰਿਹਾ। ਟਾਈਟਨ ਐਜ ਦਾ 4 mm ਦੀ ਇਹਦੀ ਥਿਕਨੈਸ ਹੈ ਕੇਸ ਦੀ। ਮਸ਼ੀਨ ਜੋ ਹੈ ਉਸ ਤੋਂ ਵੀ ਜ਼ਿਆਦਾ ਸਲਿਮ ਹੈ, ਅਤੇ ਜਿਹੜਾ ਅੰਦਰ ਸੈੱਲ ਪੈਂਦਾ, ਬੈਟਰੀ ਪੈਂਦੀ ਹੈ, ਉਹ ਉਹਦੇ ਤੋਂ ਵੀ ਜ਼ਿਆਦਾ ਸਲਿਮ ਦੇਖੀ ਜਾਂਦੀ ਹੈ। ਓਵਰਆਲ ਸਟੇਨਲੈਸ ਸਟੀਲ ਦੇ ਵਿੱਚ ਚੇਨ ਦੀ ਜਿਹੜੀ ਬਨਾਵਟ ਹੈ ਬਿਲਕੁਲ ਐਜ਼ ਇਟ ਇਜ਼ ਇਕੁਅਲ ਸਾਈਜ਼ 'ਚ। 23 mm ਦਾ ਕੇਸ ਸਾਈਜ਼ ਹੈ ਲੈਂਥ ਜਿਹੜੀ ਹੈ ਇਹਦੀ। ਮਿਰਰ ਜਿਹੜਾ ਤੁਹਾਨੂੰ ਫਲੈਟ 'ਚ ਦੇਖਣ ਨੂੰ ਮਿਲਦਾ, ਲੇਕਿਨ ਬਹੁਤ ਸਾਈਡ ਪ੍ਰਿੰਟਿੰਗ ਦੇਖਣ ਨੂੰ ਮਿਲ ਜਾਂਦੀ ਹੈ ਸ਼ੀਸ਼ੇ ਦੇ ਉੱਤੇ, ਜੋ ਇਹਦੀ ਲੁੱਕ ਨੂੰ ਵਧਾਉਣ ਲਈ ਦਿੱਤੀ ਗਈ ਹੈ। ਚੇਨ ਵੀ ਤੁਹਾਨੂੰ ਇਹਦਾ ਕਾਫੀ ਡਿਜ਼ਾਇਨਿੰਗ ਲੁੱਕ ਵਿੱਚ ਦੇਖਣ ਨੂੰ ਮਿਲਦਾ। ਬਟਰਫਲਾਈ ਲੋਕ ਦਾ ਇਸਤੇਮਾਲ ਕੀਤਾ ਗਿਆ, ਬਹੁਤ ਸਾਈਡ ਤੋਂ ਪੁਸ਼ ਹੁੰਦਾ ਇਹ ਲੋਕ। ਸਫਾਇਰ ਕ੍ਰਿਸਟਲ ਹੈ ਅਤੇ ਓਲ ਸਟੇਨਲੈਸ ਸਟੀਲ ਵਾਚ ਹੈ। ਇਹ ਲਗਭਗ ਵੀ 8-10 ਸਾਲ ਯੂਜ਼ ਕੀਤੀ ਦੀ ਹੈ, ਅਤੇ ਸ਼ੀਸ਼ਾ ਤੁਸੀਂ ਦੇਖ ਸਕਦੇ ਹੋ 8-10 ਸਾਲ ਦੇ ਯੂਜ਼ ਤੋਂ ਬਾਅਦ ਵੀ ਸ਼ੀਸ਼ਾ ਕਿੰਨਾ ਕਲੀਨ ਅਤੇ ਅੱਛੀ ਲੁੱਕ ਦੇਖਣ ਨੂੰ ਮਿਲ ਜਾਂਦੀ ਹੈ। ਤੁਹਾਨੂੰ ਮੈਂ ਇਹਦੀ ਬੈਟਰੀ ਵੀ ਦਿਖਾਵਾਂਗਾ, ਮਸ਼ੀਨ ਵੀ ਦਿਖਾਵਾਂਗਾ। ਉਹਨੇ ਵੀਅਰ ਅਪ 'ਚ ਲੁੱਕ ਦੇਖ ਸਕਦੇ ਹੋ, ਬਹੁਤ ਹੀ ਅੱਛੀ ਦੇਖਣ ਨੂੰ ਮਿਲ ਜਾਂਦੀ ਹੈ। ਇਹਦੇ 'ਚ ਕੋਈ ਹੱਥ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਕਿ ਪਤਲਾ ਜਾਂ ਭਾਰਾ, ਕਿਉਂਕਿ ਐਜ ਕਲੈਕਸ਼ਨ ਪਰਟੀਕੁਲਰ ਹਰ ਕਿਸੇ ਲਈ ਬਣੀ ਦੀ ਹੈ। ਹੁਣ ਕੋਈ ਭਾਰਾ ਵਿਅਕਤੀ ਵੀ ਸਲਿਮ ਘੜੀ ਵੀਅਰ ਅਪ ਕਰਨਾ ਪਸੰਦ ਕਰਦਾ ਹੈ ਤਾਂ ਉਹਦੇ ਲਈ ਵੀ ਹੈ, ਅਤੇ ਕੋਈ ਪਤਲਾ ਹੈ ਤਾਂ ਉਹਦੇ ਲਈ ਤਾਂ ਵੈਸੇ ਹੀ ਚੰਗੀ ਹੈ। ਤੁਹਾਨੂੰ ਇਹ ਵਾਚ ਕਿੱਦਾਂ ਦੀ ਲੱਗੀ ਕਮੈਂਟ ਮਾਧਿਅਮ ਦੱਸਣਾ, ਅਤੇ ਤੁਸੀਂ ਇਹ ਦੇਖ ਸਕਦੇ ਹੋ ਘੜੀ ਦੀ ਲੁੱਕ ਹਜੇ ਵੀ ਕਾਫੀ ਅੱਛੀ ਦੇਖਣ ਨੂੰ ਮਿਲ ਜਾਂਦੀ, ਕਾਫੀ ਯੂਜ਼ ਦੋਈ ਹੈ ਇਹਦੀ, ਬਹੁਤ ਹੀ ਰਫਲੀ ਯੂਜ਼ ਕੀਤਾ ਗਿਆ ਇਹਨੂੰ। ਅਗਰ ਤੁਸੀਂ ਦੇਖੋਗੇ ਤਾਂ ਅੰਦਰ ਜਿਹੜੇ ਡਾਇਲ ਹੈ ਉਹਦੇ ਉੱਤੇ ਇੰਡੈਕਸ ਵੀ ਦਿੱਤੇ ਗਏ ਸੀ, ਉਹ ਰੋਮਨ ਡਿਜਿਟ ਦੇ 'ਚ ਸਭ ਮਿਟ ਗਏ ਨੇ, ਲੇਕਿਨ ਮਿਰਰ ਹਜੇ ਵੀ ਬਰਕਰਾਰ ਹੈ, ਡਾਇਲ ਦੀ ਲੁੱਕ ਹਜੇ ਵੀ ਪ੍ਰੋਪਰ ਬਰਕਰਾਰ ਹੈ, ਟਾਈਟਨ ਐਜ ਲਿਖਿਆ ਹਜੇ ਵੀ ਪ੍ਰੋਪਰ ਬਰਕਰਾਰ ਹੈ। ਇਹ ਆਰਟੀਕਲ ਦੇਖ ਕੇ ਕਿਹਾ ਜਾ ਸਕਦਾ ਕਿ ਟਾਈਟਨ ਦੇ ਜਿਹੜੇ ਆਰਟੀਕਲਸ ਹੈ ਕਿਸੇ ਵੀ ਇੰਟਰਨੈਸ਼ਨਲ ਬ੍ਰਾਂਡ ਨੂੰ ਬੀਟ ਕਰ ਸਕਦੇ ਨੇ। ਧੰਨਵਾਦ। ਜੈ ਸ਼੍ਰੀ ਰਾਮ, ਜੈ ਭਾਰਤ, ਵੰਦੇ ਮਾਤਰਮ।